बिस्मिल्लाह रहमान रहीम, अस्सलाम वालेकुम। साड़ी दुआ कि साड़े बहन भीन अल्लाह ताला खुश रखे, शादो आबाद रखे। इसे दुआ कर दें। अज की वीडियो शुरू, अज की वीडियो कुछ इस तरह जी कि असी आए हुए हैं बहुत ही दूर अपने पिंड तो, और मेरे नाल आए हुए चाचू अकबर, अस्सलाम वालेकुम, और अस्सलाम वालेकुम छोटू वीर, और अस्सलाम वालेकुम जी, आदाब है। ਐਨਕ ਲਾਉਣ ਦਾ ਮਕਸਦ ਇਹ ਹੈ ਜੀ ਕਿ ਦੂਰ ਬਹੁਤ ਆਏ ਆ, ਮੱਛਰ ਪੈਂਦਾ ਮੱਛਰ ਪੈਂਦਾ ਸਾਫ਼ ਤਾਂ ਅੰਦਾਜ਼ਾ ਹੋ ਸਕਦਾ ਹੈ ਕਿੱਡੀ ਦੂਰ ਅੱਜ ਅਸੀਂ ਆਏ ਹੋਏ ਹਾਂ। ਰਸਤਾ ਵੀ ਕੱਚਾ ਹੈ, ਰਸਤਾ ਵੀ ਕੱਚਾ ਤੇ ਮੱਛਰ ਵੀ ਬਹੁਤ ਜ਼ਿਆਦਾ ਪੈਂਦਾ, ਧੁੱਪ ਵੀ ਹੈ ਬਹੁਤ ਜ਼ਿਆਦਾ, ਮਿੱਟੀ ਉੱਡ ਉੱਡ ਕੇ ਅੱਖਾਂ 'ਚ ਪੈਂਦੀ, ਮਿੱਟੀ ਉੱਡ ਉੱਡ ਕੇ ਅੱਖਾਂ 'ਚ ਪੈਂਦੀ ਹੈ। ਅਤੇ ਇੱਥੇ ਪਹੁੰਚੇ ਹੋਏ ਹਾਂ ਜੀ ਅੱਲਾ ਖੈਰ ਕਰੇ, ਅਤੇ ਅਸੀਂ ਲੈ ਕੇ ਆਏ ਕੁਛ ਸਮਾਨ ਗਿਫਟ ਦੇਣਾ ਇੱਥੇ, ਔਰ ਜਿਹੜਾ ਗਿਫਟ ਦੇਣਾ ਉਹਦੇ ਵਾਸਤੇ ਰਕਸ਼ਾ ਦਾ ਇੰਤਜ਼ਾਰ ਹੋ ਰਿਹਾ। ਰਕਸ਼ਾ ਸਾਡਾ ਹਜੇ ਪਿੱਛੇ ਆ ਰਿਹਾ ਜੀ, ਜਿੱਦਾਂ ਰਕਸ਼ਾ ਸਾਡੇ ਕੋਲ ਆਉਂਦਾ ਤਾਂ ਫਿਰ ਉਹ ਵੀ ਆਪਣੇ ਭੈਣ ਭੈਣ ਸ਼ੇਅਰ ਕਰਦੇ ਹਾਂ। ਉਸ ਤੋਂ ਪਹਿਲੇ ਚੱਲਦੇ ਹਾਂ ਅੰਦਰ, ਕਿਉਂਕਿ ਚਲੋ ਚੱਲ ਕੇ ਘਰ ਵਾਲਿਆਂ ਤੋਂ ਮਿਲੀਏ ਜਿਲੀਏ, ਔਰ ਜਿਹੜੀ ਜਗ੍ਹਾ 'ਤੇ ਅਸੀਂ ਆਏ ਹੋਏ ਹਾਂ। ਚਾਚੂ ਅਸਗਰ ਔਰ ਚਾਚੂ ਅਕਬਰ ਦੀ ਵਾਲਦਾ ਦਾਦੀ ਸਾਡੀ ਉਹ ਬਿਮਾਰ ਸੀਗੇ ਅਤੇ ਉਹ ਦਾਖਲ ਸੀਗੇ ਹੋਸਪਿਟਲ, ਇੱਥੇ ਲਈਏ ਅਤੇ ਫਿਰ ਇੱਥੋਂ ਲਈਏ, ਤਾਂ ਇਹ ਨਜ਼ਦੀਕ ਸੀ ਚਾਚੂ ਅਕਬਰ ਦਾ ਅਸਗਰ ਦਾ ਘਰ, ਫਿਰ ਇੱਥੇ ਆਪਣੇ ਘਰ ਇੱਥੇ ਚਾਚੂ ਅਸਗਰ ਹੀ ਲੈ ਆਏ ਦਾਦੀ ਨੂੰ ਇੱਥੇ ਹੀ। ਅਤੇ ਇਸ ਤੋਂ ਬਾਅਦ ਅੱਜ ਆਪ ਵੀ ਦਾਦੀ ਦਾ ਪਤਾ ਕਰਦੇ ਹਾਂ, ਤਬੀਅਤ ਦਰਿਆਫਤ ਕਰਦੇ ਹਾਂ, ਔਰ ਆਪਣੇ ਭੈਣ ਭੈਣ ਨੂੰ ਦਿਖਾਉਂਦੇ ਹਾਂ ਕਿ ਸਾਡੀ ਦਾਦੀ ਦੀ ਤਬੀਅਤ ਇਸ ਟਾਈਮ ਕਿਸ ਤਰ੍ਹਾਂ ਦੀ ਹੈ ਜੀ। ਔਰ ਉਸ ਤੋਂ ਬਾਅਦ ਜਿਹੜਾ ਗਿਫਟ ਲੈ ਕੇ ਆਏ ਹਾਂ, ਸਰਪ੍ਰਾਈਜ਼ ਲੈ ਕੇ ਆਏ, ਉਹ ਵੀ ਦਾਦੀ ਵਾਸਤੇ ਹੀ ਆ, ਉਹ ਵੀ ਆਪਣੇ ਭੈਣ ਭੈਣ ਨਾਲ ਸ਼ੇਅਰ ਕਰਦੇ ਜਿਸ ਟਾਈਮ ਲੱਗ ਕੇ ਸਾਡੇ ਕੋਲ ਰਕਸ਼ਾ ਪਹੁੰਚ ਜਾਂਦਾ। ਸਹੀ ਹੈ ਨਾ ਜੀ? ਬਿਲਕੁਲ ਜੀ, ਹਾਂਜੀ। ਹਾਂਜੀ ਸਭ ਠੀਕ ਠਾਕ ਹੈ, ਹਾਂਜੀ ਸਾਰੇ ਠੀਕ ਠਾਕ ਹੈ ਮਾਸ਼ਾਅੱਲਾ। ਅੱਛਾ ਜੀ ਦਾਦੀ, ਮਾਸ਼ਾਅੱਲਾ ਕੁਛ ਤਬੀਅਤ ਹੁਣ ਠੀਕ ਆ, ਅਤੇ ਦਾਦੀ ਹੁਣ ਉੱਠ ਕੇ ਬਹੁਤ ਤੁਹਾਡੇ ਵਾਸਤੇ ਬਹੁਤ ਪਿਆਰਾ ਸਰਪ੍ਰਾਈਜ਼ ਲੈ ਕੇ ਅਸੀਂ ਆਏ ਹਾਂ, ਗਿਫਟ ਲੈ ਕੇ ਆਏ ਹਾਂ ਤੁਹਾਡੇ ਵਾਸਤੇ, ਅਤੇ ਇਨਸ਼ਾਅੱਲਾ ਦੇਖ ਕੇ ਅੱਧੀ ਤੁਹਾਡਾ ਦੁੱਖ ਜਿਹੜਾ ਅੱਧਾ ਦੁੱਖ ਵੈਸੇ ਦੂਰ ਹੋ ਜਾਣਾ। ਹਾਂਜੀ, ਅਸੀਂ ਤਾਂ 2-3 ਦਿਨ ਤੋਂ ਇੰਤਜ਼ਾਰ ਦੇ ਰਹੇ ਸੀ, ਲੇਕਿਨ ਅਚਾਨਕ ਦਾਦੀ ਦੇ ਨਾਲ ਮਸਲਾ ਬਣਿਆ, ਕਿਉਂਕਿ ਦਾਦੀ ਨੂੰ ਇਹਦਾ ਮਸਲਾ ਸੀ। ਹਾਂਜੀ, 2-3 ਦਿਨ ਤੋਂ ਮਸਲਾ ਚੱਲ ਰਿਹਾ ਸੀ, ਲੇਕਿਨ ਉਹ ਬਸ ਆਪਣੀ ਜਿਹੜਾ ਉਹ ਹੈ ਸੀ ਤਕਲੀਫ ਉਹਨੂੰ ਅੰਦਰੋਂ ਅੰਦਰ ਬਰਦਾਸ਼ਤ ਕਰ ਰਹੇ ਸੀ, ਲੇਕਿਨ ਜਦੋਂ ਬਰਦਾਸ਼ਤ ਤੋਂ ਕੰਮ ਬਾਹਰ ਹੋਇਆ ਉਦੋਂ ਫਿਰ ਸਾਰਿਆਂ ਨੂੰ ਪਤਾ ਚੱਲਿਆ, ਅਤੇ ਉਦੋਂ ਫਿਰ ਲੈ ਕੇ ਦਾਦੀ ਨੂੰ ਹੋਸਪਿਟਲ ਗਏ, ਜਿੱਥੋਂ ਵੀ ਡਾਕਟਰ ਨੇ ਜਵਾਬ ਦੇ ਦਿੱਤਾ ਲਈ ਲੈ ਕੇ ਗਏ ਆ, ਉੱਥੋਂ ਮਾਸ਼ਾਅੱਲਾ ਅੱਲਾ ਪਾਕ ਦੇ ਕਰਮ ਨਾਲ ਮਾਸ਼ਾਅੱਲਾ ਤਬੀਅਤ ਕੁਛ ਬਿਹਤਰ ਹੋਈ ਆ। ਅਸੀਂ ਸੋਚਿਆ ਵੀ ਹੁਣ ਜਾ ਕੇ ਦਾਦੀ ਹੋਣਾਂ ਨੂੰ ਉੱਥੇ ਹੀ ਦੇਖ ਆਉਂਦੇ ਹਾਂ, ਕਿਉਂਕਿ ਇਹਨਾਂ ਨੂੰ ਇਸ ਟਾਈਮ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਗਰਮੀ ਕਾਫੀ ਜ਼ਿਆਦਾ ਹੋ ਗਈ ਹੈ, ਇਸ ਵਾਸਤੇ ਲੈ ਕੇ ਆਏ ਜੀ ਦਾਦੀ ਵਾਸਤੇ ਇਸ ਟਾਈਮ ਬਹੁਤ ਜ਼ਰੂਰੀ ਸੀਗੇ। ਅਤੇ ਉਹ ਜਿਹੜੀ ਚੀਜ਼ ਭੇਜੀ ਆ ਉਹ ਸਾਹਿਦ ਭਾਈ UK ਤੋਂ ਉਹਨਾਂ ਨੇ ਭੇਜਿਆ ਗਿਫਟ ਸਾਡੀ ਦਾਦੀ ਵਾਸਤੇ, ਅੱਗੇ ਵੀ ਮਸ਼ਹੂਰ ਹੈ ਸਾਡੀ ਇਸ ਫੈਮਿਲੀ ਵਾਸਤੇ ਕਾਫੀ ਸਾਰੇ ਗਿਫਟ ਭੇਜੇ ਆ, ਲੇਕਿਨ ਐਤਕੀ ਉਹਨਾਂ ਨੇ ਕਿਹਾ ਵੀ ਸਾਡੀ ਭੈਣ ਆ ਸਾਡੀ ਮਾਂ ਵਾ ਉਹਦੇ ਵਾਸਤੇ ਆਸੇ ਭਾਈ ਤੁਸੀਂ ਇਹ ਗਿਫਟ ਦੇ ਕੇ ਆਓ ਜਾ, ਇਸ ਕਰਕੇ ਸਾਡੀ ਦਾਦੀ ਜੀ ਵਾਸਤੇ ਸਾਹਿਦ ਭਾਈ UK ਤੋਂ ਉਹਨਾਂ ਤਰਫੋਂ ਗਿਫਟ ਆਇਆ ਜੀ। ਜਿੱਦਾਂ ਰਕਸ਼ਾ ਇੱਥੇ ਪਹੁੰਚਦਾ ਤਾਂ ਆਪਣੇ ਭੈਣ ਭੈਣ ਸ਼ੇਅਰ ਕਰਦੇ ਹਾਂ ਕਿਹੜੀ ਚੀਜ਼ ਆ। ਅੱਛਾ ਜੀ, ਕੂਲਰ ਸਾਡਾ ਆ ਚੁੱਕਿਆ ਹੋਇਆ, ਅਸੀਂ ਲੈ ਕੇ ਆਏ ਹਾਂ ਪਾਣੀ ਵਾਲਾ ਕੂਲਰ, ਠੰਡੀ ਹਵਾ ਵਾਲਾ। ਚੱਲ ਸ਼ਫੀਕ ਇਕੱਲਾ ਫਰਿੱਜ ਚੱਕ ਲੈਂਦਾ ਜਾਂ ਸ਼ਫੀਕ ਨੇ ਇਕੱਲੇ ਨੇ ਚੱਕ ਲਿਆਉਣਾ? ਚੱਕ ਲਿਆ ਫਿਰ ਆ ਜਾਓ। ਅੱਛਾ ਅੱਛਾ, ਪਹਿਲਾਂ ਮਾਫ਼ੀ ਦੇਵੇ ਯਾਰ, ਅਸੀਂ ਤਾਂ ਨਹੀਂ ਕਹਿੰਦੇ ਹੈਗੇ, ਕਿਉਂਕਿ ਇਹ ਜੀ ਪਲਾਸਟਿਕ ਦੇ ਹੁੰਦਾ, ਪਲਾਸਟਿਕ ਦੀ ਬਾਡੀ ਦੇ ਵਿੱਚ ਇੰਨਾ ਵਜ਼ਨ ਹੀ ਨਹੀਂ ਹੁੰਦਾ ਹੈਗਾ, ਇਸ ਕਰਕੇ ਜੇ ਸ਼ਫੀਕ
अपने ही मोटे के उत्ते रख के लैके आ रहे। कहते मैं फ्रिज पूरी चक लिया, अच कूलर भी मैं चल चक के दिखा सू, फ्रिज भी चक लिया अज तो कूलर चक लिया। कहना चल लिया जी कूलर भी अपने मुड़े रख लिया। अभी जो काम होंगे वो करना चाहिए, बिल्कुल सही गल नहीं करनी चाहिए। काम कर लगे नहीं काम करन वास्ते करन लगे, बेइज्जती महसूस ही नहीं करनी चाहिए। जो असं है ही मजदूरी मजदूरी करनी है मजदूर हाँ, तो फिर कदी टेंशन कदी टेंशन। हाँ जी शर्म झुकने वाली गल ही कोई नहीं है। अल्लाह ताला दा फरमान है बेटा कर मजदूरी ते खा चूरी। हाँ जी आ जाओ जी लियाओ। अच्छा जी माशाल्लाह जो गिफ्ट लैके आए वो गिफ्ट लैके इतने पहुँच गए हैं, और दादी जी भी उठ के बैठ गया देख रहे हैं, खुश है माशाल्लाह। चचू अकबर, चचू असगर, छोटू वीर और चचू शफीक सारी जने अस्सलाम वालेकुम जी, सारे जने इतने आए हुए हैं जी। जरा गिफ्ट सीगा वो लैके पहुँच गया है दादी जी। ये गिफ्ट तेरे को पहुँच गया, किसी ने मतलब क्या सीगा कि बेटा मैंने ना एक पखा लिया जी ठंडी हवा वाला, तो ठंडी हवा वाला पखा लैके असं आ गए हुए हैं। रहील बेटे नू भी तंदुरुस्ती दवे, अल्लाह ओनू सेहत दवे, ते अल्लाह पाक मेरे वीर नू दिन दुगना रात चुगनी तरक्की अता फरमावे। अल्लाह पाक किसे मुश्किल दा सामना ना ओनू करना पवे बेचारे नू भाई साडे नू। बाकी जी जो गिफ्ट है दादी वास्ते रहील भाई यूके तो उन्होंने तरफों आया, इन कर दे ओपन। जबैर बेटा 3 लाख एक छोटी जी कार लाती सी 150 रुपए वाली, ते अरसलान बेटे नू एक क्रेन लैती सी 150 रुपए वाली। सोलर ते भी चलेगा, बिजली ते भी चलेगा और बैटरी ते भी चलेगा। मैं खुद नाल गया नाल जाके लैके आया वा, क्योंकि गल पहले भी वाजा की नाल जाने इन्हें जो कोई आसफ ने नहीं गल की चाची तेरी अम्मी वास्ते पखा लैन लगा मैं 100 रुपये रख लवान। लेकिन ऐसे यूट्यूबर भी है साढ़े
ਕਿ ਤੇਰੀ ਵੀਡੀਓ ਬਣਾਈ ਤੈਨੂੰ ਜਿੰਨੇ ਪੈਸੇ ਅੱਧੇ ਮੇਰੇ ਅੱਧੇ ਤੇਰੇ ਔਰ ਕਰਦੇ ਪਏ ਨੇ ਪਿਛਲੇ ਸਾਲ ਮੇਰੇ ਨਾਲ ਆਪਣੀ ਜ਼ਾਤ ਨੇ ਉਹਨਾਂ ਨਾਲ ਉਹਨਾਂ ਥੋੜਾ ਜਿਹਾ ਡੋਰਾ ਉਹਨਾਂ ਨੇ ਖਿੱਚੀਆਂ ਵੀ ਹੋਈਆਂ ਪਿਛਲੇ ਸਾਲ ਖੁਦ ਮੇਰੇ ਨਾਲ ਇਦਾਂ ਹੀ ਮੈਂ ਇੱਕ ਮਜ਼ਦੂਰ ਦੀ ਵੀਡੀਓ ਦੇ ਉੱਤੇ ਇੱਕ ਮਜ਼ਦੂਰ ਨੂੰ ਸਮਾਨ ਕਾਫੀ ਸਾਰਾ ਲੈ ਕੇ ਦਿੱਤਾ ਤਾਂ ਉਹ ਨਾਲ ਉਹ ਬੰਦੇ ਦੀ ਮੁੱਕੀ ਸੀ ਵੀ ਜੇ ਅਸੀਂ ਤੇਰੀ ਵੀਡੀਓ ਬਣਾਵਾਂਗੇ ਅਸੀਂ ਇੱਥੋਂ ਵੱਧ ਲੈ ਹੋ ਰਹੀ ਹੈ ਜੀ ਅਸਾ ਬੇਟੇ ਮੇਰੇ ਨਾਲ ਖੁਦ ਇਦਾਂ ਹੋਈ ਮੇਰੇ ਨਾਲ ਇਹਨਾਂ ਦੋ ਬੱਚਿਆਂ ਦੀ ਮੈਂ ਵੀਡੀਓ ਮੈਨੂੰ ਕੀ ਪਤਾ ਸੀ ਮੈਂ ਨਹੀਂ ਸੀ ਪਾਉਂਦੀ ਤੇ ਮੈਨੂੰ ਕਹਿੰਦਾ ਬਾਜੀ ਇੱਥੋਂ ਵੱਧ ਕਹਿੰਦਾ ਅੱਧੇ ਪੈਸੇ ਤੇਰੇ ਅੱਧੇ ਮੇਰੇ ਮੈਂ ਕਿਹਾ ਚਲੋ ਠੀਕ ਆ ਪਾ ਲਾ ਮੈਨੂੰ ਕੀ ਪਤਾ ਸੀ ਵੀ ਆਉਣੇ ਆ ਬਾਹਰੋਂ ਬਾਕੀ ਆ ਜਾਣੇ ਮੁੜ ਕੇ ਉਹ ਬੱਚਿਆਂ ਨੂੰ ਟੋਕਰੇ ਤੈਨੂੰ ਵੀ ਅੱਧੇ ਮੇਰੇ ਅਲੀ ਦੇ ਦਿੱਤੇ ਆ ਜੀ देखो मुकम्मल समान असि लेके आए हैं कोई चीज मतलब सप्लाई नाल लेके आए हैं ताकि बिजली ते इन्हू चला सकन प्लेट अल्लाह पाक दी ज़ात इंशाल्लाह इन्हां नूं प्लेट भी बहुत जल्द आएगी ते प्लेट दे उपर अपना इस कूलर नूं चलान ताकि अजकल जिहड़ा ना महंगाई बहुत ज्यादा है सप्लाई तो अगे ना 12 वोल्ट जांदी है 12 वोल्ट दे विच फिर नहीं होंदा मैं कहा अगे लग जाए वापस ताकि अगर मतलब के स्विच वगैरह दूर है ते लगा के ताकि जे कोले पंखा जिहड़ा वो लग सके बिल्कुल जी हां जी बिल्कुल फ्रीज हो जानी है और केमिकल है ये फ्रीज हो जाएगा उसके बाद बल्कि पानी पान गए तो इस तरह ही है जमें एक एसी आवाज देता है इसे तरह ही इंशाल्लाह ये पंखा भी आवाज आएगा बस दुआ करनी है साड़ी सारी यूट्यूब फैमिली वास्ते देख रही है सानू सपोर्ट कर रही है सारे वास्ते दुआ करनी है अल्लाह पाक दी ज़ात सारे भैन भाइयों नूं सेहत तंदुरुस्ती अता फरमाए अल्लाह पाक दी ज़ात सारे भैन भाइयों नूं अपने घरां दे विच एवें खुश रखे इजाजत।